ये तस्वीरां उस ही बदकिस्मत परिवार दियां ने जिन्हां नाल किसी होर ने नहीं बल्कि उस परिवार दे जवाई नहीं जो खौफनाक कांड कीता। सुन के थानू अपने कन्ना ते यकीन नहीं होगा, तुसी भी गल सुन के सहम उठोगे। उस पापी इंसान ने अपने सस सहुरे सने घरवाली ते बच्चियां नाल दिल नूं झंझोड़ के रख देन वाला जो कारा कीता, उसकी मुआफ़ी उसनू नरकों से भी नसीब नहीं होनी। मामला जिला जलंधर अधीन सतलुज दरिया कंडे वसे पिंड बीटलां दा, जिथे बीती रात पेके घर आई 28 साल की परमजीत कौर का कसूर सिर्फ इन्ना सी कि वह अपने बच्चों नू अपने तो जुदा नहीं सी होन देना चाहती, जिस करके उस दे दूजे घर वाले ने सहुरे घर वाले अद्धी रात एक भयानक कांड कर दिता। असल च पिंड बीटलां दा रहण वाला 58 साल का सुरजन सिंह बेहद गरीब इंसान सी, जो कि दिहाड़ी दप्पा ला अपना परिवार पाल लिया सी। सुरजन ने अपनी विधवा धी परमजीत का दूजा विआह बेट इलाके दे पिंड खुरशैदपुर वासी कुलदीप सिंह उर्फ काली नाल साल पहले ही किया सी। पहले विआह तो परमजीत के दो बच्चे 7 साल की धी अर्शदीप कौर ते 5 साल का पुत गुरमोहल रिपीट ते 5 साल का पुत गुरमोहल सी। उसका दूजा घरवाला काली सनकी किस्म का नशेड़ी व्यक्ति सी, जो कि निक्की निक्की गल तो उस नाल मारकुट करता रहिंदा। काली परमजीत दे बच्चों अपने कोल नहीं सी रखना चाहुंदा, जिस करके लड़ाई झगड़े तो दुखी हो परमजीत अपने पेके घर आ रहन लग पई। बीती रात नशेड़ी काली ने गुस्से च आ अपने साथियों नाल मिल जो कारा कीता सुन के तुहाडे पैरों हेठ जमीन खिसक जाएगी। मेरी ननान सी, सास सहुरा सी, मेरे ननान दे दो बच्चे सी, तो उन्हें सारे नूं ने जला के मारता। एक साल हो गया इहदे नाल विआह होए नूं, ते दो क महीने तीन रही, फिर कदे चले जांदी सी, कदे आ जांदी सी, फिर कोई जबरदस्ती लै जांदा सी, कई उत्थे कुटदा मारदा सी, कपड़े पाड़ दिंदा सी, बच्चियां नूं करंट लाउंदा सी, फिर कई वार इत्थों लै गए मगर आया कहिंदा मैं बच्चे सारे जला देने, सारे परिवार तुहाडा साड़ देना, फिर इस करके उह कुड़ी नहीं उत्थे जांदी सी। ਉਹਦੀ ਡਿਮਾਂਡ ਕੀ ਸੀਗੀ ਕੁਲਦੀਪ ਦੀ? ਉਹਦੀ ਡਿਮਾਂਡ ਸੀ ਮੈਂ ਇਕੱਲੀ ਨੂੰ ਰੱਖਣਾ, ਬੱਚੇ ਨਹੀਂ ਰੱਖਣੇ। 3 ਮਹੀਨੇ ਪਹਿਲਾਂ ਦਿੱਤੀ ਸੀ। ਕੀ ਕਹਿ ਕੇ ਗਿਆ ਸੀ ਉਦੋਂ ਧਮਕੀ ਦੇ ਕੇ? ਕਹਿੰਦਾ ਮੈਂ ਤੇਰਾ ਸਾਰਾ ਪਰਿਵਾਰ ਜਲਾ ਦੇਣਾ, ਸਾਰੇ ਪਰਿਵਾਰ ਨੂੰ ਸਾੜ ਦੇਣਾ। ਉਦੋਂ ਕੀ ਗੱਲਬਾਤ ਹੋਈ ਸੀ, ਕੁਛ ਪਤਾ? ਉਦੋਂ ਹਾਂ ਤੱਕੇ ਨਾਲ ਕਹਿੰਦਾ ਮੇਰੇ ਨਾਲ ਚੱਲ ਹੁਣੇ ਤੋਰ। ਕਈ ਵਾਰ ਕੁੜੀ ਜਿਹੜੀ ਛੋਟੀ ਹੈ ਸਕੂਲ ਪੜ੍ਹਦੀ ਸੀ ਉਹਦੇ ਕਈ ਵਾਰ ਸਕੂਲ ਚਲੇ ਗਿਆ, ਦੋ ਤਿੰਨ ਵਾਰੀ ਉਹਨੂੰ ਚੱਕਣ ਦੀ ਕੋਸ਼ਿਸ਼ ਕੀਤੀ ਜ਼ਬਰਦਸਤੀ ਉੱਥੋਂ, ਫਿਰ ਕੁੜੀ ਮਗਰ ਚਲੇ ਗਈ, ਫਿਰ ਸਾਰੇ ਇਕੱਠੇ ਹੋ ਗਏ ਅਤੇ ਫਿਰ ਉੱਥੋਂ ਕੁੜੀ ਨੂੰ ਲੈ ਕੇ ਆਉਂਦੇ, ਪਰ ਭੱਜ ਗਿਆ। ਕਈ ਵਾਰ ਬੱਚੇ ਵੀ ਚੱਕਣ ਆਇਆ ਸੀ ਸਕੂਲੋਂ। ਬੱਚੇ ਕਿਉਂ ਚੱਕਣ ਨੂੰ ਕੋਸ਼ਿਸ਼ ਕਰ ਰਿਹਾ? ਔਰ ਇਹ ਕਹਿੰਦਾ ਉਹਨਾਂ ਨੂੰ ਵਾਪਸ ਦੇ ਦੇਣਾ ਜਿਨ੍ਹਾਂ ਦੇ ਬੱਚੇ ਆ, ਮੈਂ ਇਕੱਲੀ ਕੁੜੀ ਰੱਖੂ। ਮੈਰਿਜ ਹੋਈ ਨੂੰ ਕਿੰਨਾ ਚਿਰ ਹੋਇਆ ਸੀ? ਇੱਕ ਸਾਲ। ਇੱਕ ਸਾਲ ਹੋ ਗਿਆ? ਹਾਂਜੀ। ਅਤੇ ਜਿਹੜੀ ਪਰਮਜੀਤ ਸੀ ਇਹਨੂੰ ਕਿੰਨਾ ਸਮਾਂ ਹੋ ਗਿਆ ਸੀ ਇੱਥੇ ਆਈ ਨੂੰ? ਇਹਨੂੰ 4 ਸਾਲ ਹੋ ਗਏ, 4 ਜਦੋਂ ਦਿਨ ਤੱਕ ਘਰ ਵਾਲਾ ਮੁੱਕਿਆ ਨਾ ਉਦੋਂ ਦੀ ਇੱਥੇ ਰਹਿ ਰਹੀ। ਹਾਂਜੀ, ਇੱਥੇ ਰਹਿ ਰਹੀ, ਕਿਤੇ ਨਹੀਂ। ਤੜਕੇ ਦੇ ਕਰੀਬ ਨਾ ਇਨਫੋਰਮੇਸ਼ਨ ਆਈ ਸੀ ਵੀ ਇੱਕ ਪਰਿਵਾਰ ਦੇ ਨੂੰ ਅੱਗ ਲਗਾਤੀ ਆ ਕਿਸੇ ਨੇ। ਉਹਦੇ ਸੰਬੰਧ ਵਿੱਚ ਸਾਡੇ SHO ਸਾਹਿਬ ਮੌਕੇ 'ਤੇ ਗਏ, DSP ਸਾਹਿਬ, ਔਰ ਮੈਂ ਖੁਦ ਵੀ SSP ਸਾਹਿਬ ਵੀ ਮੋਰਨਿੰਗ ਮੌਕਾ ਦੇਖ ਕੇ ਗਏ ਆ। ਔਰ ਲਖਵਿੰਦਰ ਸਿੰਘ ਜਿਹੜਾ ਕਿ ਪਰਿਵਾਰ ਦੇ ਵਿੱਚੋਂ ਉਹਨਾਂ ਦਾ ਚਾਚਾ ਲੱਗਦਾ ਲੜਕੀ ਦਾ, ਪਰਮਜੀਤ ਦਾ, ਉਹਦੀ ਸਟੇਟਮੈਂਟ 'ਤੇ ਅਸੀਂ FIR ਨੰਬਰ 132 ਦਰਜ ਕਰ ਦਿੱਤੀ ਹੈ। ਔਰ ਇਸ ਪਰਿਵਾਰ ਦੀ ਜਿਹੜਾ ਗੱਲ ਸਾਹਮਣੇ ਆਈ ਇਨਵੈਸਟੀਗੇਸ਼ਨ 'ਚ ਹੁਣ ਤੱਕ ਮੁੱਢਲੀ ਤਫਤੀਸ਼ 'ਚ, ਉਹਨਾਂ ਦਾ ਜਵਾਈ ਹੈਗਾ ਖੁਰਸ਼ੈਦਪੁਰ ਦਾ ਕੁਲਦੀਪ। ਉਹਨੇ ਆ ਕੇ ਰਾਤ ਦੇ ਸਮੇਂ ਪੰਪ ਦੇ ਉੱਤੇ ਸਪਰੇਅ ਕਰਕੇ ਆਪਣੇ ਸਾਥੀਆਂ ਦੇ ਨਾਲ, ਔਰ ਜੋ ਦੱਸ ਰਹੇ ਆ ਵੀ 2-3 ਬੰਦੇ ਹੋਰ ਵੀ ਹੈਗੇ ਸੀ ਜਿਨ੍ਹਾਂ ਦੇ ਹਾਲੇ ਨਾਂ ਨਹੀਂ ਪਤਾ, ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਆ। ਔਰ ਇਹਦੇ ਵਿੱਚ ਹੁਣ ਤੱਕ ਸੁਰਜਨ ਸਿੰਘ ਜਿਹੜਾ ਲੜਕੀ ਦਾ ਫਾਦਰ ਸੀਗਾ, ਜਗਿੰਦਰੋ ਬਾਈ ਜਿਹੜੀ ਕਿ ਉਹਦੀ ਮਦਰ ਸੀਗੀ, ਪਰਮਜੀਤ ਕੌਰ ਕੁਲਦੀਪ ਦੀ ਵਾਈਫ, ਔਰ ਕੁਲਦੀਪ ਦੀ ਵਾਈਫ ਦੀ ਪਰਮਜੀਤ ਦੇ ਦੋ ਬੱਚੇ ਸੀਗੇ ਜਿਹੜੇ ਕਿ ਉਹਦੀ ਫਸਟ ਮੈਰਿਜ 'ਚੋਂ ਸੀਗੇ, ਜਿਨ੍ਹਾਂ ਦਾ ਨਾਂ ਹੈਗਾ, ਬੇਟੀ ਦਾ ਨਾਂ ਅਰਸ਼ਦੀਪ ਔਰ ਬੇਟੇ ਦਾ ਨਾਂ ਅਨਮੋਲ ਹੈਗਾ, ਜਿਨ੍ਹਾਂ ਦੀ ਉਮਰ 8 ਸਾਲ ਅਤੇ 5 ਸਾਲ ਹੈਗੀ ਹੈ। ਇਹ ਸਾਰਿਆਂ ਦੀ ਹੀ ਡੈਥ ਹੋ ਗਈ ਆ, ਉਹਦੇ ਸੰਬੰਧ ਵਿੱਚ ਅਸੀਂ FIR ਲੌਂਚ ਕਰ ਲਈ ਆ, ਔਰ ਬਹੁਤ ਹੀ ਜਲਦੀ ਅਸੀਂ ਜਿਹੜੇ ਬੰਦੇ ਇਹਦੇ ਅਕਿਊਜ਼ ਹੈਗੇ, ਅਸੀਂ ਟੀਮਾਂ ਸਾਡੀਆਂ ਔਲਰੇਡੀ ਮੂਵ ਕੀਤੀਆਂ ਹੋਈਆਂ SHO ਸਾਹਿਬ NCA ਦੀਆਂ, ਔਰ ਬਹੁਤ ਜਲਦੀ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਫਰਦਰ ਜਿਹੜੀ ਆ ਜਲਦੀ ਤੋਂ ਜਲਦੀ ਜਿਹੜਾ ਪਰਿਵਾਰ ਨੂੰ ਇਨਸਾਫ ਮਿਲੇ। ਸਰ, ਕੀ ਕਾਰਨ ਲੱਗਦਾ, ਕੋਈ ਮੈਂਟਲੀ ਅਪਸੈਟ ਲੱਗ ਰਿਹਾ ਬੰਦਾ ਜਾਂ ਕਿਸ ਤਰ੍ਹਾਂ ਕੁਛ ਸਾਹਮਣੇ ਆਈ ਚੀਜ਼? ਜੋ ਹੁਣ ਤੱਕ
लड़की का क्योंकि बाबा हैगा आ उन्हों का दादा जिहड़ा लड़की का लगता जो हुण तक तां दस्सिया भी जिहड़ा लड़का हैगा थोड़ा जिहा सैकी टाइप नहीं हुंदे उस नेचर का हैगा ये गुस्सा बहुत जल्दी करता इस करके ये लड़की अपने सहुरे परिवार तो भी ये बहुत रात को परेशान करता आ उतों गुस्से होकर अपने पिंड बिठना आ गई सी एक साल पहले विआह होया सी करीब 2-3 महीने ही उत्थे रही है उदू बाद फिर अपने ये पेके पिंड आ गई सी और ए सी बार बार वो लिजाना चाहता सी लड़की जाती नहीं सी ए सी रंजिश करके इन्हें एक कदम चुकया ते सर किन्नियां ते मामला दर्ज किया गया है फिलहाल जिहड़ा बाई नेम लिखाया उन्होंने कुलदीप का ही लिखाया है बाकी अननोन बंदे लिखाए आ इनवैसटीगेशन च असी टैक्टिकल टीमां भी लगियां हुई साडियां और हर एंगल तो इन्वेस्टिगेशन कर रहे हैं सीसीटीवी वो वर्क कर रही हैं टीम और जिन्हें भी होंगे 2 होन 4 होन जिन्हें भी 5 होन बेशक जिन्हें भी बंदे होंगे सारे ही राउंड अप कर गए सर ये कोई अरेस्ट पई नहीं हाले तक नहीं साड़ियाँ टीम लगिया हुई हैं इस मामले च पुलिस टीम बना के दोषी कुलदीप सिंह उर्फ काली नू तलाशन च जुटी हुई है हकीकत टीवी पंजाबी लई जलंधर तो दविंदर कुमार के नाल पुनीत अरोड़ा की रिपोर्ट।